ਜਿਹੜੇ ਸਾਲ ਚ ਬੇਅਦਬੀ ਹੁੰਦੀ ਹੈ ਅਕਤੂਬਰ ਚ ਉਹਦੇ ਅਗਸਤ ਮਹੀਨੇ ਚ 2015 ਦੇ ਅਗਸਤ ਮਹੀਨੇ ਦੀ 18 ਤਰੀਕ ਇਹ ਸੁਪਰਵਾਈਜ਼ਰ ਕਹਿੰਦਾ ਵੀ ਮੇਰੇ ਕੋਲੇ 239 ਸਰੂਪ ਵੱਧ ਨੇ ਤਾਂ ਜਿੱਥੇ ਸਰੂਪ ਸੰਭਾਲੇ ਜਾਂਦੇ ਆ ਰਿਕਾਰਡ ਚ 239 ਵੱਧ ਆ ਜਦੋਂ ਪੜਤਾਲ ਕੀਤੀ ਤੇ 328 ਸਰੂਪ ਘੱਟ ਨਿਕਲੇ ਅੱਜ ਲੌਂਗੋਵਾਲ ਬੜੀ ਬੇਸ਼ਰਮੀ ਨਾਲ ਕਹਿ ਰਿਹਾ ਕਹਿੰਦਾ ਵੀ ਕੋਈ ਬੇਅਦਬੀ ਨਹੀਂ ਹੋਈ ਸਿਰਫ ਰਿਕਾਰਡ ਚ ਹੇਰ ਫੇਰਾ ਦੁਨੀਆ ਭਰ ਚ ਵੱਸਦੇ ਸਿੱਖੋ ਸੁਣਿਓ ਧਿਆਨ ਨਾਲ ਇਹ ਕੰਬਲਜੀਤ ਸਿੰਘ ਲਗਾਤਾਰ 19 ਸਾਲਾਂ ਤੋਂ ਇੱਕੋ ਪੋਸਟ ਤੇ ਇੱਕੋ ਜਗ੍ਹਾ ਡਿਊਟੀ ਕਰਦਾ ਆ ਰਿਹਾ ਲਗਾਤਾਰ 19 ਸਾਲਾਂ ਤੋਂ ਲੌਂਗੋਵਾਲ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਲੌਂਗੋਵਾਲ ਸਾਹਿਬ ਕਿਹਦਾ ਜਵਾਈ ਭਾਈ ਆ ਬਈ ਇਹ ਲੌਂਗੋਵਾਲ ਬੜੀ ਬੇਸ਼ਰਮੀ ਨਾਲ ਕਹਿੰਦਾ ਕਹਿੰਦੇ ਜੇ ਅਸੀਂ ਸਮਰੱਥਾਂ ਕਾਨੂੰਨੀ ਕਾਰਵਾਈ ਕਰਾਉਣ ਦੀ ਲੋੜ ਨਹੀਂ ਤੁਸੀਂ ਕਿੰਨੇ ਕੁ ਸਮਰੱਥ ਹੋ ਕਿੰਨੀ ਕੁ ਔਕਾਤ ਆ ਤੁਹਾਡੀ ਕਿਸੇ ਸਟੋਰਕੀਪਰ ਦੀ ਪਾਈ ਆ ਖੰਡ ਘੱਟ ਜੇ ਕਿਲੋ ਘਿਓ ਘੱਟ ਜੇ ਤੇ ਉਹਨੂੰ ਤੁਸੀਂ ਚੱਕ ਕੇ ਬਠਿੰਡੇ ਵੱਲੋਂ ਧਮਧਾਨ ਸਾਹਿਬ ਠੋਕਦੇ ਹੋ ਧਮਧਾਨ ਸਾਹਿਬ ਵੱਲੋਂ ਚੱਕ ਕੇ ਮੁਕਤਸਰ ਸਾਹਿਬ ਲਾ ਦਿੰਦੇ ਹੋ ਤੇ ਇਹਦੇ 328 ਸਰੂਪ ਘੱਟੇ ਫਲੈਂਗ ਨੇ ਕਹਿਤਾ ਵੀ ਇਹ ਬੰਦੇ ਨੂੰ ਇਸ ਅਹੁਦੇ ਤੇ ਨਾ ਲਾਇਓ ਇਹ ਫਿਰ ਉੱਥੇ ਬੈਠਾ ਤੇ ਲੌਂਗੋਵਾਲ ਕੀ ਰਿਸ਼ਤੇਦਾਰੀ ਤੇਰੀ ਇਹਦੇ ਨਾਲ ਇਹ ਦੱਸੀ ਤੂੰ ਸੰਗਤ ਨੂੰ ਜਿਨ੍ਹਾਂ ਦੇ ਨਾਲ ਰਲ ਕੇ ਸੈਣੀ ਨੇ ਘਪਲੇ ਕੀਤੇ ਸੀ ਸਿੱਖਾਂ ਦਾ ਕਤਲਿਆਂ ਕੀਤਾ ਸੀ ਉਹ ਜਿਹੜੇ ਸਾਥੀ ਪੁਲਿਸ ਵਾਲੇ ਕੁਲਦੀਪ ਤੇ ਜੰਗੀਰ ਉਹ ਵਾਅਦਾ ਮੁਆਫ ਗਵਾਹ ਬਣ ਗਏ ਇਹ ਕਰਕੇ ਸੈਣੀ ਭੱਜਿਆ ਫਿਰਦਾ ਲੌਂਗੋਵਾਲ ਨੂੰ ਆਏ ਵੀ ਜੇ ਮੈਂ ਇਹਨਾਂ ਖਿਲਾਫ ਕਾਰਵਾਈ ਕਰਾਊਂਗਾ ਕਮਲਜੀਤ ਸਿੰਘ ਹੋਣਾ ਖਿਲਾਫ ਤੇ ਇਹ ਵਾਅਦਾ ਗਵਾਹ ਬਣ ਜਾਣਗੇ ਸਾਰਾ ਕੁਝ ਦੱਸ ਦੇਣਗੇ ਵੀ ਇਸ ਤਾਂ ਲੌਂਗੋਵਾਲ ਨਾਲ ਰਲ ਕੇ ਜਾਂ ਦੂਜੇ ਪ੍ਰਧਾਨਾਂ ਨਾਲ ਜਿਹਦੇ ਜਿਹਦੇ ਨਾਲ ਰਲ ਕੇ ਇਹਨਾਂ ਨੇ ਖਾਧਾ ਕਿੱਥੇ ਕਿੱਥੇ ਸਰੂਪ ਗਏ ਆ ਉਹ ਸਾਰਾ ਦੱਸ ਦੇਣਗੇ ਫਿਰ ਲੌਂਗੋਵਾਲ ਦੇ ਗਲ ਗੁੱਠਾ ਦੇਣਾ ਸਿੱਖ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦਾ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਲੰਮੇ ਹੱਥੇ ਲਿਆ ਜਾ ਰਿਹਾ ਹੁਣ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਸਰੂਪਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਤੇ ਸਵਾਲ ਖੜੇ ਕੀਤੇ ਨੇ ਮਾਝੀ ਦਾ ਕਹਿਣਾ ਹੈ ਕਿ 328 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ 'ਚ ਛਾਪ ਕੇ ਬਾਹਰ ਭੇਜੇ ਗਏ ਸੀ ਜਿਸ ਤੋਂ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੁਣ ਸਾਫ਼ ਮੁੱਕਰਦੇ ਹੋਏ ਦਿਖਾਈ ਦੇ ਰਹੇ ਨੇ ਹੋਰ ਕੀ ਕੁਝ ਕਿਹਾ ਹਰਜਿੰਦਰ ਸਿੰਘ ਮਾਝੀ ਨੇ ਆਓ ਜ਼ਰਾ ਤੁਸੀਂ ਵੀ ਸੁਣੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਆ ਗਾਇਬ ਹੋਏ ਨੇ ਸਰੂਪ ਉਹਦੇ ਸੰਬੰਧ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਰਿਪੋਰਟ ਆ ਜਿਹੜੀ ਅਕਾਲ ਤਖਤ ਸਾਹਿਬ ਦੀ ਵੱਲੋਂ ਨਿਰਧਾਰਿਤ ਕੀਤੀ ਗਈ ਜਾਂਚ ਕਮੇਟੀ ਨੇ ਜਨਤਕ ਕੀਤੀ ਆ ਉਹਦੇ ਵਿੱਚੋਂ ਕੁਝ ਪੁਆਇੰਟ ਮੈਂ ਆਪ ਜੀ ਨਾਲ ਸਾਂਝੇ ਕਰਨ ਜਾ ਰਿਹਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੂੰ ਕੁਝ ਸਵਾਲ ਕਰਨ ਜਾ ਰਿਹਾ ਸਾਰੀ ਸੰਗਤ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਅੱਗੇ ਤੇ ਅੱਗੇ ਸ਼ੇਅਰ ਕਰਿਓ ਤੇ ਲੌਂਗੋਵਾਲ ਜਿਹੜਾ ਪ੍ਰਧਾਨ ਆ ਸ਼੍ਰੋਮਣੀ ਕਮੇਟੀ ਦਾ ਤੇ ਇਹਨਾਂ ਨੂੰ ਆਪਾਂ ਇਹ ਸਵਾਲ ਕਰਨੇ ਨੇ ਕਟਹਿਰੇ 'ਚ ਖੜਾ ਕਰਨਾ ਜਿਹੜਾ ਬੜੀ ਬੇਸ਼ਰਮੀ ਦੇ ਨਾਲ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਨਾਲ ਵੀ ਮਜ਼ਾਕ ਕਰ ਰਿਹਾ ਹੈ ਹੁਣ ਸਾਧ ਸੰਗਤ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਆ ਉਹ 'ਚ ਜਿਹੜਾ ਸਭ ਤੋਂ ਵੱਡਾ ਦੋਸ਼ੀ ਆ ਉਹਦੇ ਮੁਤਾਬਕ ਰਿਪੋਰਟ ਮੁਤਾਬਕ ਕੰਬਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਹੈ ਕਮਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਉਹਦੀਆਂ ਕੀ ਕਮੀਆਂ ਨੇ ਕਹਿੰਦੇ ਉਹ ਜੋ ਵੀ ਆਪਣਾ ਰਿਕਾਰਡ ਰੱਖਦਾ ਗੁਰੂ ਗ੍ਰੰਥ ਦੇ ਸਰੂਪ ਆ ਜਿਹੜੇ ਸੰਗਤ ਨੂੰ ਦੇਣੇ ਹੁੰਦੇ ਆ ਉਹਦੇ ਵਿੱਚ ਹਰ ਐਂਟਰੀ ਤੋਂ ਬਾਅਦ ਜਿਹੜਾ ਬਕਾਇਆ ਕੱਢਦਾ ਬੈਲੈਂਸ ਭੇਟਾ ਜਿਹੜੀ ਦਿੱਤੀ ਜਾਂਦੀ ਆ ਉਹ ਕੱਚੀ ਪੈਨਸਲ ਨਾਲ ਨੋਟ ਕਰਦਾ ਸੀ ਤਾਂ ਜੋ ਉਹ 'ਚ ਘੱਟ ਵੱਢ ਕੀਤੀ ਜਾ ਸਕੇ ਹਰ ਸਾਲ ਇੱਕ ਅੱਧੀ ਵਾਰ ਨਹੀਂ ਹਰ ਸਾਲ ਓਪਨਿੰਗ ਕਲੋਜ਼ਿੰਗ ਬੈਲੈਂਸ ਉੱਪਰ ਸੀ ਉਹ ਵਾਰ ਵਾਰ ਕਟਿੰਗ ਕਰਦਾ ਸੀ ਤੇ ਹੈਰਾਨੀ ਦੀ ਗੱਲ ਹੈ ਵੀ 18/8/2015 ਜਿਹੜੇ ਸਾਲ 'ਚ ਬੇਅਦਬੀ ਹੁੰਦੀ ਹੈ ਅਕਤੂਬਰ 'ਚ ਉਹਦੇ ਅਗਸਤ ਮਹੀਨੇ 'ਚ 2015 ਦੇ ਅਗਸਤ ਮਹੀਨੇ ਦੀ 18 ਤਰੀਕ ਨੂੰ ਇਹ ਸੁਪਰਵਾਈਜ਼ਰ ਕਹਿੰਦਾ ਵੀ ਮੇਰੇ ਕੋਲੇ 239 ਸਰੂਪ ਵੱਧ ਨੇ ਜਿੱਥੇ ਸਰੂਪ ਸੰਭਾਲੇ ਜਾਂਦੇ ਆ ਰਿਕਾਰਡ 'ਚ 239 ਵੱਧ ਆ ਜਦੋਂ ਪੜਤਾਲ ਕੀਤੀ ਤੇ 328 ਸਰੂਪ ਘੱਟ ਨਿਕਲੇ ਕਹਿੰਦਾ ਸੀ ਵੱਧ ਨਿਕਲੇ ਘੱਟ ਉਹ 328 ਸਰੂਪ ਕਿੱਧਰ ਗਏ ਇਸੇ ਪੁਆਇੰਟ ਤੇ ਦੋਸ਼ੀ ਨਿਰਧਾਰਿਤ ਕੀਤਾ ਐਡਵੋਕੇਟ ਈਸ਼ਰ ਸਿੰਘ ਹੋਣਾ ਦੀ ਰਿਪੋਰਟ ਨੇ ਵੀ ਜਿਹੜੇ 328 ਸਰੂਪ ਜਿਹੜੇ ਘੱਟ ਨਿਕਲੇ ਸੀ ਉਹ 328 ਸਰੂਪ ਇਹਨੇ ਬਾਕੀ ਅਧਿਕਾਰੀਆਂ ਨਾਲ ਮਿਲ ਕੇ ਬਾਹਰ ਵੇਚਤੇ ਤੇ ਉਹਦੇ ਪੈਸੇ ਟਰੱਸਟ ਫੰਡਾਂ 'ਚ ਜਮ੍ਹਾਂ ਨਹੀਂ ਕਰਾਏ ਤੇ ਨਾ ਹੀ ਉਹਦੇ ਬਿੱਲ ਕੱਟੇ ਇਹਦਾ ਮਤਲਬ 328 ਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰੈਸ ਵਿੱਚ ਛਪ ਕੇ ਬਾਹਰ ਚਲੇ ਗਏ ਤੇ ਅੱਜ ਲੌਂਗੋਵਾਲ ਬੜੀ ਬੇਸ਼ਰਮੀ ਨਾਲ ਕਹਿ ਰਿਹਾ ਕਹਿੰਦਾ ਵੀ ਕੋਈ ਬੇਅਦਬੀ ਨਹੀਂ ਹੋਈ ਸਿਰਫ ਰਿਕਾਰਡ 'ਚ ਹੇਰ ਫੇਰਾ ਜਦਕਿ ਅਕਾਲ ਤਖਤ ਸਾਹਿਬ ਤੋਂ ਬਣਾਈ ਜਾਂਚ ਕਮੇਟੀ ਕਹਿ ਰਹੀ 328 ਸਰੂਪ ਬਾਹਰ ਗਏ ਆ ਉਸੇ ਜਾਂਚ ਕਮੇਟੀ ਦਾ ਪੁਆਇੰਟ ਮੈਂ ਬੋਲ ਰਿਹਾ 328 ਸਰੂਪ ਬਾਹਰ ਗਏ ਨੇ ਹੁਣ ਇਹਨੇ ਇੱਕ ਵਾਰੀ 61 ਤੇ ਇੱਕ ਵਾਰੀ 125 ਸਰੂਪ ਜਿਹੜੇ ਤਿਆਰ ਕਰਵਾਏ ਜਿਹੜੇ ਵਾਧੂ ਐਕਸਟਰਾ ਅੰਗ ਦਿੰਦੇ ਆ ਛਾਪਣ ਲਈ ਉਹਨਾਂ ਨਾਲ ਜਲਦ ਸਾਜਾਂ ਨਾਲ ਰਲ ਕੇ ਇਹ ਵੀ ਘਪਲਾ ਇਸ ਬੰਦੇ ਨੇ ਕੀਤਾ ਤੇ ਹੁਣ ਜਿਹੜੀ ਅਗਲੀ ਬੇਨਤੀ ਕਰ ਰਿਹਾ ਲੌਂਗੋਵਾਲ ਮੈਨੂੰ ਜਵਾਬ ਦੇਵੇ ਇਸ ਗੱਲ ਦਾ ਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ
ਅਦਾਰਿਆਂ ਚ ਡਿਊਟੀਆਂ ਕਰਨ ਵਾਲੇ ਵੀਰੇ ਵੀਡੀਓ ਸੁਣੋਗੇ, ਮੈਂਬਰ ਸੁਣਨਗੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਾਬਕਾ, ਸਾਰੇ ਮੈਨੂੰ ਗੱਲ ਦਾ ਜਵਾਬ ਦਿਓ ਵੀ ਇਹ ਜਿਹੜਾ ਬੰਦਾ ਕੰਬਲਜੀਤ ਸਿੰਘ ਆ ਜਿਹਨੂੰ ਜਾਂਚ ਕਮੇਟੀ ਨੇ ਬੜਾ ਨਖਿੱਧ ਕਰਾਰ ਦਿੱਤਾ, ਇਹ ਬੰਦਾ ਕੋਈ 1, 2, 5, 10 ਨਹੀਂ, ਲਗਾਤਾਰ 19 ਸਾਲਾਂ ਤੋਂ ਦੁਨੀਆ ਭਰ ਚ ਵਸਦੇ, ਸਿੱਖੋ ਸੁਣਿਓ ਧਿਆਨ ਨਾਲ, ਇਹ ਕੰਬਲਜੀਤ ਸਿੰਘ ਲਗਾਤਾਰ 19 ਸਾਲਾਂ ਤੋਂ ਇੱਕੋ ਪੋਸਟ ਤੇ ਇੱਕੋ ਜਗ੍ਹਾ ਡਿਊਟੀ ਕਰਦਾ ਆ ਰਿਹਾ ਲਗਾਤਾਰ 19 ਸਾਲਾਂ ਤੋਂ। ਪੂਰੀ ਸ਼੍ਰੋਮਣੀ ਕਮੇਟੀ ਚ ਇਹੋ ਬੰਦਾ ਹੋਣਾ ਮੈਨੂੰ ਲੱਗਦਾ, ਨਹੀਂ ਤਾਂ ਕਿਸੇ ਦੀ 6 ਮਹੀਨਿਆਂ ਬਾਅਦ, ਕਿਸੇ ਦੀ ਸਾਲ ਬਾਅਦ, ਕਿਸੇ ਦੀ 2 ਸਾਲ ਬਾਅਦ ਬਦਲੀ ਹੋ ਜਾਂਦੀ ਆ। ਇਹ ਬੰਦਾ 19 ਸਾਲਾਂ ਤੋਂ ਇੱਕੋ ਜਗ੍ਹਾ ਤੇ ਸਭ ਤੋਂ ਮਹੱਤਵਪੂਰਨ ਅਹੁਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਸਭ ਤੋਂ ਉੱਪਰ ਆ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪਾਂ ਨਾਲ ਸੰਬੰਧਿਤ ਇਹ ਡਿਊਟੀ ਲਗਾਤਾਰ 19 ਸਾਲਾਂ ਤੋਂ ਕਰਦਾ ਆ ਰਿਹਾ। ਸੋ ਲੌਂਗਵਾਲ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਲੌਂਗਵਾਲ ਸਾਹਿਬ ਕਿਹਦਾ ਜਵਾਈ ਭਾਈ ਆ ਬਈ, ਇਹ ਕੀ ਰਿਸ਼ਤਾ ਤੁਹਾਡਾ ਇਹਦੇ ਨਾਲ ਵੀ ਜਿਹੜਾ 19 ਸਾਲਾਂ ਤੋਂ ਲਗਾਤਾਰ ਇੱਕੋ ਥਾਂ ਤੇ ਬੰਦਾ ਕੰਮ ਕਰਦਾ ਆ ਰਿਹਾ, ਇਹਦੀ ਕੋਈ ਬਦਲੀ ਨਹੀਂ ਹੋਈ? ਤੇ ਹੋਰ ਦੇਖੋ, ਅੱਜ ਲੌਂਗਵਾਲ ਬੜੀ ਬੇਸ਼ਰਮੀ ਨਾਲ ਕਹਿੰਦਾ, ਕਹਿੰਦੇ ਜੀ ਅਸੀਂ ਸਮਰੱਥਾਂ, ਕਾਨੂੰਨੀ ਕਾਰਵਾਈ ਕਰਾਉਣ ਦੀ ਲੋੜ ਨਹੀਂ। ਤੁਸੀਂ ਕਿੰਨੇ ਕੁ ਸਮਰੱਥ ਹੋ, ਕਿੰਨੀ ਕੁ ਔਕਾਤ ਆ ਤੁਹਾਡੀ? ਮੈਂ ਤੁਹਾਨੂੰ ਦੱਸ ਦਿੰਦਾ ਵੀ ਆਹ ਜਿਹਨੂੰ ਅਕਾਲ ਤਖ਼ਤ ਸਾਹਿਬ ਦੀ ਰਿਪੋਰਟ ਨੇ ਦੋਸ਼ੀ ਸਾਬਤ ਕੀਤਾ, ਕਮਲਜੀਤ ਸਿੰਘ 2018 ਚ ਫਲੈਂਗ ਨੇ ਇਹਦਾ ਚੈੱਕ ਕੀਤਾ ਇਹਦਾ ਰਿਕਾਰਡ, ਤੇ ਫਲੈਂਗ ਨੇ ਰਿਪੋਰਟ ਦਿੱਤੀ ਵੀ ਭਾਈ ਇਹ ਬੰਦਾ ਦੋਸ਼ੀ ਆ, 2018 ਚ 2 ਸਾਲ ਪਹਿਲਾਂ ਤੋਂ ਇਹ ਦੋਸ਼ੀ ਆ, ਇਹਨੂੰ ਇਸ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਮਹੱਤਵਪੂਰਨ ਅਹੁਦੇ ਤੇ ਨਾ ਲਾਇਆ ਜਾਵੇ, ਇਹਨੂੰ ਇੱਥੇ ਨਾ ਲਾਇਆ ਜਾਵੇ 2018 ਦੀ ਰਿਪੋਰਟ। ਹੁਣ ਫਲੈਂਗ ਦੀ ਰਿਪੋਰਟ ਨੂੰ ਡਸਟਬਿਨ ਚ ਸੁੱਟ ਕੇ ਇਹ ਬੰਦਾ ਫਿਰ ਉਸੇ ਅਹੁਦੇ ਤੇ ਕੰਮ ਕਰ ਰਿਹਾ। ਸੋ ਲੌਂਗਵਾਲ 2018 ਤੋਂ ਤੁਸੀਂ ਪ੍ਰਧਾਨ ਹੋ, ਇਹਦਾ ਜਵਾਬ ਕੌਣ ਦੇਗਾ ਵੀ ਕਿਹਦੀ ਸਿਫਾਰਿਸ਼ਾਂ? ਜੇ ਹੁਣ ਤੁਸੀਂ ਕਹੋਗੇ ਮੈਨੂੰ ਤਾਂ ਪਤਾ ਹੀ ਨਹੀਂ, ਤੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹੋ? ਕਿਉਂਕਿ ਕਿਸੇ ਦੀ ਵੀ ਬਦਲੀ ਹੋਣੀ, ਆਮ ਸ਼੍ਰੋਮਣੀ ਕਮੇਟੀ ਦੇ ਸਟੋਰ ਤੁਹਾਡੀਆਂ ਫਲੈਂਗ ਵਾਲੇ ਜਾਂਦੇ ਆ, ਤੁਹਾਡੇ ਇੰਸਪੈਕਟਰ ਜਾਂਦੇ ਆ, ਕਿਸੇ ਸਟੋਰ ਕੀਪਰ ਦੀ ਪਾਈ ਆ ਖੰਡ ਘੱਟ ਜੇ, ਕਿਲੋ ਘਿਓ ਘੱਟ ਜੇ, ਤੇ ਉਹਨੂੰ ਤੁਸੀਂ ਚੱਕ ਕੇ ਬਠਿੰਡੇ ਵੱਲ ਨੂੰ ਧਮਧਾਨ ਸਾਹਿਬ ਠੋਕ ਦਿਓ, ਧਮਧਾਨ ਸਾਹਿਬ ਵੱਲ ਨੂੰ ਚੱਕ ਕੇ ਮੁਕਤਸਰ ਸਾਹਿਬ ਲਾ ਦਿੰਦੇ ਹੋ, ਤੇ ਇਹਦੇ 328 ਸਰੂਪ ਘਟੇ, ਫਲੈਂਗ ਨੇ ਕਹਿਤਾ ਵੀ ਇਹ ਬੰਦੇ ਨੂੰ ਇਸ ਅਹੁਦੇ ਤੇ ਨਾ ਲਾਇਓ, ਇਹ ਫਿਰ ਉੱਥੇ ਬੈਠਾ, ਤੇ ਲੌਂਗਵਾਲ ਕੀ ਰਿਸ਼ਤੇਦਾਰੀ ਤੇਰੀ ਇਹਦੇ ਨਾਲ, ਇਹ ਦੱਸੀ ਤੂੰ ਸੰਗਤ ਨੂੰ। ਨਾਲੇ ਅਗਲੀ ਗੱਲ 328 ਸਰੂਪ, ਇਹ ਦੱਸੋ ਤਾਂ ਸਹੀ, ਇਹ ਰਿਪੋਰਟ ਕਹਿ ਰਹੀ ਹੈ ਬਾਹਰ ਗਏ ਆ, ਇਹ ਕੰਬਲਜੀਤ ਸਿੰਘ ਨੂੰ ਪਤਾ ਵੀ ਕਿੱਥੇ ਗਏ ਆ, ਤੇ ਕੰਬਲਜੀਤ ਸਿੰਘ ਕਿਵੇਂ ਦੱਸੂ? ਲੌਂਗਵਾਲ ਸਾਨੂੰ ਦੱਸੋ, ਇਹ ਸੰਗਤ ਨੂੰ ਦੱਸੋ ਵੀ ਭਾਂਡੇ ਮਾਂਜ ਕੇ ਦੱਸੋਗੇ? ਤੁਸੀਂ ਕਹੋ ਵੀ ਕੰਬਲਜੀਤ ਸਿੰਘ 2 ਦੇਗੇ ਮਾਂਜ, ਫਿਰ ਉਹ ਦੇਗੇ ਮਾਂਜ ਕੇ ਕਹੋਗੇ ਜੀ ਮੈਂ ਤਾਂ ਬਹੁਤ ਥੱਕ ਗਿਆ ਜੀ, ਹੁਣ 10 ਦਿਨਾਂ ਕਿਰਪਾ ਕਰਕੇ ਹੋਰ ਦੇਗੇ ਨਾ ਮਜਾਇਓ ਮੈਥੋਂ। ਫਿਰ ਤੁਸੀਂ ਕਹੋ ਤੇ 15 ਬਾਟੀਆਂ ਮਾਂਜ, ਫਿਰ ਦੱਸ ਦੂਜੀ ਨਾ ਜੀ ਮੈਨੂੰ ਬਾਟੀਆਂ ਨਾ ਲੌਂਗਵਾਲ ਸਾਹਿਬ ਮਾਂਜਣ ਦਿਓ, ਬਹੁਤ ਜ਼ੁਲਮ ਹੋ ਰਿਹਾ ਮੇਰੇ ਤੇ, ਮੈਂ ਦੱਸ ਦਿੰਦਾ 328 ਸਰੂਪ ਕਿੱਥੇ ਗਏ। ਇਹ 328 ਸਰੂਪ ਉਦੋਂ ਨਿਕਲ ਗਏ ਜਦੋਂ ਉਹਨੂੰ ਮੁੱਦਾ ਪਾਇਆ, ਪੁੱਠੇ ਲਟਕਾਇਆ ਜਦੋਂ ਇਹਨਾਂ ਨੂੰ, ਡਾਂਗ ਫਿਰੀ ਇਹਨਾਂ ਤੇ। 328 ਸਰੂਪ ਇਸ ਬੰਦੇ ਨੂੰ ਤਾਂ ਪਤਾ ਨਾ ਵੀ ਕਿੱਧਰ ਗਿਆ, ਕਿਹਨੂੰ ਦਿੱਤਿਆ ਮੈਂ। ਤੇ ਅਸਲ ਵਿੱਚ ਸਾਧ ਸੰਗਤ ਗੱਲ ਕੀ ਆ ਬਈ, ਇਹਨਾਂ ਅਧਿਕਾਰੀਆਂ ਤੇ FIR ਕਿਉਂ ਨਹੀਂ ਕਰਵਾ ਰਿਹਾ ਲੌਂਗੋਵਾਲ? ਕਿਉਂਕਿ ਪਿੱਛੇ ਜੇ ਜਿਵੇਂ ਸੈਣੀ ਆ, ਸੈਣੀ ਦੀ ਹੁਣ ਚੂੜੀ ਕਿਉਂ ਕਸੀਗੀ? ਕਿਉਂਕਿ ਸੈਣੀ ਦੇ ਨਾਲ ਰਹਿਣ ਵਾਲੇ ਜਿਨ੍ਹਾਂ ਦੇ ਨਾਲ ਰਲ ਕੇ ਸੈਣੀ ਨੇ ਘਪਲੇ ਕੀਤੇ ਸੀ, ਸਿੱਖਾਂ ਦਾ ਕਤਲੇਆਮ ਕੀਤਾ ਸੀ, ਉਹ ਜਿਹੜੇ ਸਾਥੀ ਪੁਲਿਸ ਵਾਲੇ ਕੁਲਦੀਪ ਤੇ ਜੰਗੀਰ, ਉਹ ਵਾਅਦਾ ਮੁਆਫ ਗਵਾਹ ਬਣ ਗਏ, ਜਿਹਦੇ ਕਰਕੇ ਸੈਣੀ ਭੱਜਿਆ ਫਿਰਦਾ। ਹੁਣ ਲੌਂਗੋਵਾਲ ਨੂੰ ਐਂ ਵੀ ਜਿਵੇਂ ਇਹਨਾਂ ਖਿਲਾਫ ਕਾਰਵਾਈ ਕਰਾਊਂਗਾ ਕਮਲਜੀਤ ਸਿੰਘ ਹੋਣਾਂ ਖਿਲਾਫ, ਤੇ ਇਹ ਵਾਅਦਾ ਮੁਆਫ ਗਵਾਹ ਬਣ ਜਾਣਗੇ, ਸਾਰਾ ਕੁਝ ਦੱਸ ਦੇਣਗੇ ਵੀ ਇਸ ਤਾਂ ਲੌਂਗੋਵਾਲ ਨਾਲ ਰਲ ਕੇ ਜਾਂ ਦੂਜੇ ਪ੍ਰਧਾਨਾਂ ਨਾਲ, ਜਿਹਦੇ ਜਿਹਦੇ ਨਾਲ ਰਲ ਕੇ ਇਹਨਾਂ ਨੇ ਖਾਧਾ, ਕਿੱਥੇ ਕਿੱਥੇ ਸਰੂਪ ਗਏ ਆ ਉਹ ਸਾਰਾ ਦੱਸ ਦੇਣਗੇ, ਫਿਰ ਲੌਂਗੋਵਾਲ ਦੇ ਗਲ ਗੁੱਠਾ ਦੇਣਾ ਸਿੱਖ ਸੰਗਤ ਨੇ। ਸੋ ਇਸ ਕਰਕੇ ਇਹ ਰਲਿਆ ਹੋਇਆ ਲੌਂਗੋਵਾਲ 19 ਸਾਲਾਂ ਤੋਂ ਲਗਾਤਾਰ ਇੱਕ ਥਾਂ ਤੇ ਡਿਊਟੀ ਆ, 2018 ਚ ਫਲੈਂਗ ਨੇ ਕਹਿਤਾ ਵੀ ਇਹਨੂੰ ਇੱਥੇ ਨਾ ਲਾਓ, ਫਿਰ ਵੀ ਬੈਠਾ, ਤੇ ਲੌਂਗੋਵਾਲ ਕੀ ਪਕੜਾ ਤੇਰੀ ਪ੍ਰਬੰਧ ਕੀ ਢਾਂਚੇ ਤੇ ਦੱਸੋ ਜੀ ਸਾਨੂੰ। ਇਹ ਤੁਹਾਨੂੰ ਇਹਨਾਂ ਸਭ ਤੋਂ ਮਹੱਤਵਪੂਰਨ ਅਹੁਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪਾਂ ਦੀ ਸਾਂਭ ਸੰਭਾਲ ਲਈ ਜਿਹੜਾ ਬੰਦਾ ਲਾਇਆ ਉਹ ਤੁਹਾਡੀ ਫਲੈਂਗ ਨੇ ਦੋਸ਼ੀ ਡਿਕਲੇਅਰ ਕੀਤਾ ਹੋਇਆ 2018 ਚ। ਤੇ ਇਹਦੇ ਨਾਲ ਅਗਲਾ ਇੱਕ ਬਾਸ ਸਿੰਘ ਆ, ਉਹ ਵੀ ਇਸ ਸੁਪਰਵਾਈਜ਼ਰ ਨਾਲ ਲਾਇਆ ਹੋਊ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਜੇ ਕਿਸੇ ਨੇ ਲੈ ਕੇ ਜਾਣੇ, ਉਹਦੀ ਜਾਂਚ ਪੜਤਾਲ ਦੀ ਡਿਊਟੀ ਬਾਸ ਸਿੰਘ ਦੀ। ਉਹ ਬਾਸ ਸਿੰਘ ਨੂੰ 23 ਅਕਤੂਬਰ 2018 ਨੂੰ ਫਲੈਂਗ ਨੇ ਉਹ ਤੋਂ 9,82,700 ਰੁਪਇਆ ਜਮ੍ਹਾਂ ਕਰਵਾਇਆ, ਜਿਹੜੀ ਉਹ ਠੱਗੀ ਮਾਰੀ ਹੋਈ ਸੀ, ਰਸੀਦਾਂ ਕੱਟੀਆਂ ਹੋਈ ਸੀ, ਜਮ੍ਹਾਂ ਨਹੀਂ ਸੀ ਕਰਾਏ, 9,82,700 ਰੁਪਇਆ ਵਰਤੀ ਜਾਂਦਾ ਸੀ। ਉਸ ਠੱਗ ਨੂੰ ਵੀ ਉਸੇ ਅਹੁਦੇ ਤੇ ਲਾਈ ਰੱਖਿਆ, ਉਹਨੂੰ ਵੀ ਫਲੈਂਗ ਨੇ ਕਿਹਾ ਸੀ ਬੰਦਾ ਇਹ ਮਾੜਾ, ਇਹਨੂੰ ਕੱਢ ਦਿਓ, ਜਿਹੜਾ ਕਹਿੰਦਾ ਸ਼੍ਰੋਮਣੀ ਕਮੇਟੀ ਸਾਡਾ ਅਸੀਂ ਸਮਰੱਥ ਅਸੀਂ ਆਪੇ ਕਰ ਲਾਂਗੇ, ਆਹ ਕੜੀ ਕੀ ਘੋਲੀ ਹੋਈ ਆ ਤੁਸੀਂ? ਤੁਹਾਡੀ ਫਲੈਂਗ ਰਿਪੋਰਟਾਂ ਦੇ ਰਹੀ ਆ ਵੀ ਬੰਦੇ ਇਹ ਗਲਤ ਨੇ, ਕਰਪਟ ਨੇ, ਤੇ ਇਹਨਾਂ ਨੂੰ ਉਸੇ ਅਹੁਦਿਆਂ ਤੇ ਲਾਉਂਗਾ। ਬਾਲ ਸਿੰਘ ਨੂੰ ਦੱਸੋ, ਹੁਣ ਹਰਜੀਤ ਸਿੰਘ ਢਪਾਲੀ ਤਾਂ ਨਿਯੁਕਤੀਆਂ ਨਹੀਂ ਕਰਦਾ, ਜਾਂ ਕੋਈ ਪਿੰਡ ਦਾ ਸਰਪੰਚ ਨਿਯੁਕਤੀਆਂ ਨਹੀਂ ਕਰਦਾ, ਕਿ ਨਿਯੁਕਤੀਆਂ ਕੈਪਟਨ ਅਮਰਿੰਦਰ ਸਿੰਘ ਨੇ ਕਰੀਆਂ? ਹੁਣ ਤਾਂ ਜਵਾਬ ਦੇ ਲਾਉਂਗਾ, ਤੁਸੀਂ ਹੋ ਇਹ ਬਾਲ ਸਿੰਘ 9,82,700 ਰੁਪਇਆ 2018 ਚ ਤੁਸੀਂ ਪ੍ਰਧਾਨ ਹੋ, 2018 ਚ ਇਹ ਫੜਿਆ ਗਿਆ, ਫਿਰ ਉਸੇ ਅਹੁਦੇ ਤੇ ਕੰਮ ਕਰ ਰਿਹਾ, ਆ ਤੁਹਾਡਾ ਸੁਪਰਵਾਈਜ਼ਰ ਕਮਲਜੀਤ ਸਿੰਘ ਇਹ ਫੜਿਆ ਗਿਆ ਉਸੇ ਅਹੁਦੇ ਤੇ ਕੰਮ ਕਰ ਰਿਹਾ, ਇਹਦਾ ਦੋਸ਼ੀ ਕੌਣ ਕੌਣ ਜ਼ਿੰਮੇਵਾਰ ਆ? ਤੇ ਤੁਸੀਂ ਅੱਜ ਕਹਿ ਰਹੇ ਵੀ ਸਰੂਪ ਤੱਕ ਬੇਅਦਬੀਆਂ ਹੋਈ ਨੇ, ਰਿਕਾਰਡ ਚ ਹੇਰ ਫੇਰ ਆ,
ਤੇ ਰਿਪੋਰਟ ਕਹਿ ਰਹੀ 328 ਸਰੂਪ ਬਾਹਰ ਗਏ ਆ। ਇਹ ਦੱਸੋ 328 ਸਰੂਪ ਕਿੱਥੇ ਗਏ ਆ? ਸੰਗਤ ਤੁਹਾਡੇ ਗਲਗੂਠਾ ਦੇ ਕੇ ਪੁੱਛੇਗੀ। ਤੇ ਅਗਲੀ ਗੱਲ ਜਿਹੜੀ ਰੂਪ ਸਿੰਘ ਸਕੱਤਰ ਦੀ ਹੈਗੀ ਆ, ਰੂਪ ਸਿੰਘ ਸਕੱਤਰ ਪ੍ਰੈਸ ਨੋਟ ਦੇ ਕੇ ਕਹਿ ਰਹੇ ਆ ਸੱਚੇ ਹੋ ਰਹੇ ਆ, ਕਹਿੰਦੀ ਮੈਂ ਤਾਂ ਜਿਹੜੀ ਆ ਜਾਂਚ ਕਮੇਟੀ ਨੂੰ ਪੂਰਾ ਜਿਹੜਾ ਦਿੱਤਾ ਸਹਿਯੋਗ ਈਮੇਲ ਕਰਕੇ ਮੈਂ ਦਿੰਦਾ ਰਿਹਾ ਸਹਿਯੋਗ। ਤੇ ਜਦਕਿ ਰਿਪੋਰਟ ਵਿੱਚ ਕਿਹਾ ਗਿਆ ਜਿਹੜਾ ਰੂਪ ਸਿੰਘ ਵਾਲਾ ਸਕੱਤਰ ਵਾਲਾ ਕੌਲਮ ਆ ਉਹ 'ਚ ਲਿਖਿਆ ਵੀ ਅਸੀਂ ਜੋ 2015-16 ਦੇ ਵਿੱਚ ਅਗਨ ਭੇਟ ਹੋਏ ਸਰੂਪ ਗਾਇਬ ਹੋਏ ਸਾਰੀ ਅਸੀਂ ਜਾਣਕਾਰੀ ਮੰਗੀ ਰੂਪ ਸਿੰਘ ਸਕੱਤਰ ਤੋਂ ਤੇ ਉਹਨੇ ਸਾਨੂੰ ਸਹਿਯੋਗ ਨਹੀਂ ਦਿੱਤਾ। ਹੁਣ ਰੂਪ ਸਿੰਘ ਸਕੱਤਰ ਜੀ ਤੁਸੀਂ ਦੱਸੋ ਤੁਸੀਂ ਝੂਠ ਬੋਲ ਰਹੇ ਹੋ ਜਾਂ ਅਕਾਲ ਤਖਤ ਸਾਹਿਬ ਤੋਂ ਜਨਤਕ ਹੋਈ ਰਿਪੋਰਟ ਝੂਠ ਲਿਖਿਆ? ਆਓ ਖੁੱਲ ਕੇ ਸਾਹਮਣੇ ਕਰੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਤੇ ਅਗਲੀ ਗੱਲ ਕਿ ਦੋਗਲੀ ਨੀਤੀ ਜਿਹੜੇ ਸਾਬਕਾ ਸਕੱਤਰ ਸੀ ਹਰਚਰਨ ਸਿੰਘ ਜਿਨ੍ਹਾਂ ਦੀ ਪਰਸੋਂ ਮੌਤ ਹੋ ਗਈ ਉਹਨਾਂ ਖਿਲਾਫ ਤਾਂ ਤੁਸੀਂ ਐਗਜੈਕਟਿਵ ਦੀ ਮੀਟਿੰਗ ਕਰਕੇ ਲਾਉਂਗੇ ਵਾਲ ਪਹਿਲਾਂ ਕਹਿੰਦੇ ਤੇ ਇਸ ਕਾਨੂੰਨੀ ਕਾਰਵਾਈ ਕਰਾਵਾਂਗੇ। ਤੇ ਜਿਹੜਾ ਤੁਹਾਡਾ ਮੌਜੂਦਾ ਸਕੱਤਰ ਆ ਰੂਪ ਸਿੰਘ ਉਹਨੂੰ ਤੁਸੀਂ ਉਹਦਾ ਅਸਤੀਫਾ ਪ੍ਰਵਾਨ ਕਰਕੇ ਉਹਨੂੰ ਬਰੀ ਕਰਤਾ ਹੈ। ਜੇ ਉਹ ਦੋਸ਼ੀ ਆ ਤੇ ਉਹਦਾ ਅਸਤੀਫਾ ਕਿਉਂ ਪ੍ਰਵਾਨ ਕੀਤਾ? ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਗੱਲ ਹੀ ਨਹੀਂ ਕੀਤੀ, ਉਹ ਵੀ ਤਾਂ ਦੋਸ਼ੀ ਆ ਨਾ। ਇਹ ਗੱਲਾਂ ਸਾਰੀਆਂ ਤੇ ਅੱਜ ਤੁਸੀਂ ਮੀਟਿੰਗ ਕਰਦੇ ਉੱਥੇ ਬੰਨ ਕੇ ਮੂੰਹ ਜਾਂ ਤੁਸੀਂ ਕਹਿ ਰਹੇ ਹੋ ਜਿਹੜੀ ਪਿਛਲੀ ਅੱਜ ਦੀ ਐਗਜੈਕਟਿਵ ਮੀਟਿੰਗ ਦੇ ਤੁਸੀਂ ਫੈਸਲੇ ਸੁਣਾਉਣ ਲੱਗ ਗਏ। ਜਿਹੜੀ ਪਿਛਲੀ ਤੁਹਾਡੀ ਐਗਜੈਕਟਿਵ ਦੀ ਮੀਟਿੰਗ ਹੋਈ ਆ ਕਾਨੂੰਨ ਕੀ ਆ ਨਿਯਮ ਤਾਂ ਇਹੀ ਆ ਨਾ ਵੀ ਜਿਹੜੀ ਐਗਜੈਕਟਿਵ ਮੀਟਿੰਗ ਅੱਜ ਹੋ ਰਹੀ ਆ ਉਹ ਤੋਂ ਪਹਿਲਾਂ ਜਿਹੜੀ ਐਗਜੈਕਟਿਵ ਮੀਟਿੰਗ ਹੋਈ ਉਹ ਜਿਹੜੇ ਫੈਸਲੇ ਲੈ ਗਿਆ ਚਾਹੇ ਤਾਂ ਉਹਨੂੰ ਪ੍ਰਵਾਨ ਕੀਤਾ ਜਾਂਦਾ ਹੁੰਦਾ ਚਾਹੇ ਰੱਦ ਕੀਤਾ ਜਾਂਦਾ ਹੁੰਦਾ। ਤੁਸੀਂ ਤੁਸੀਂ ਦੱਸੋ ਵੀ ਤੁਸੀਂ ਉੱਥੇ ਕਹਿਤਾ ਪਿਛਲੀ ਮੀਟਿੰਗ ਤੁਸੀਂ ਕੀਤਾ ਵੀ FIR ਕਰਾਵਾਂਗੇ ਅਸੀਂ, ਅੱਜ ਤੁਸੀਂ ਕਹਿੰਦੇ ਵੀ FIR ਨਹੀਂ ਕਰਾਵਾਂਗੇ। ਕੀ ਉਹ FIR ਵਾਲੀ ਮੱਦ ਨੂੰ ਛੱਡ ਕੇ ਪਿਛਲੀ ਮੀਟਿੰਗ ਦੀਆਂ ਬਾਕੀ ਸਾਰੇ ਜਿਹੜੇ ਸੀਗੇ ਤੁਸੀਂ ਮਤੇ ਪਾਇਓ ਪ੍ਰਵਾਨ ਕਰ ਲਏ ਕਿ ਪਿਛਲੀ ਮੀਟਿੰਗ ਸਿੱਖ ਸੰਗਤਾਂ ਨੂੰ ਮੂਰਖ ਬਣਾਉਣ ਦੇ ਲਈ ਗਰਮ ਗਰਮ ਦਿੱਤੀ ਕਰੀ ਸੀਗੀ ਮੀਟਿੰਗ ਵੀ ਆਹ ਕਰਦਾ ਕਾਨੂੰਨੀ ਕਾਰਵਾਈ ਆਹ ਕਰ ਦਾਂਗੇ? ਇੱਕ ਲੌਂਗੋਵਾਲ ਜੀ ਆਹ ਜਵਾਬ ਦਿਓ ਤੁਸੀਂ ਵੀ ਤੁਸੀਂ ਕਿਹਾ ਸੀ 75% ਕੋਲੀ ਹੁਣਾਂ ਤੋਂ ਪੈਸੇ ਲਵਾਂਗੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਤੁਸੀਂ ਆਡਿਟ ਕਰਨ ਦੇ ਦਿੰਦੇ ਹੋ ਉਹ ਜਿਹੜੀ ਫਰਮ ਆ ਜਿਹੜੀ CA ਵਾਲਿਆਂ ਦੀ ਵੀ 75% ਲਵਾਂਗੇ, ਉਹ ਟਾਈਮ ਬਾਉਂਡ ਕਿਉਂ ਨਹੀਂ ਵੀ ਕਦੋਂ ਤੱਕ ਲਓਗੇ ਤੁਸੀਂ? ਕਿਉਂਕਿ ਤੁਹਾਡੇ ਤੇ ਇਸ ਕਰਕੇ ਨਹੀਂ ਯਕੀਨ ਸਾਹ ਸਕਦਾ, ਮੈਂ ਤੁਹਾਨੂੰ ਦੱਸਣ ਜਾ ਰਿਹਾ ਗੁਰੂ ਰਾਮਦਾਸ ਮੈਡੀਕਲ ਹਸਪੀਟਲ ਅੰਮ੍ਰਿਤਸਰ ਸਾਹਿਬ 'ਚ ਉੱਥੇ ਵੱਡੇ ਵੱਡੇ ਲੀਡਰਾਂ ਦੇ ਅਕਾਲੀ ਲੀਡਰਾਂ ਦੇ ਲੜਕੇ ਪੜ੍ਹਦੇ ਰਹੇ ਬੱਚੇ ਪੜ੍ਹਦੇ ਰਹੇ ਬਿਨਾਂ ਫੀਸ ਦਿੱਤਿਆਂ, ਜਦਕਿ ਆਮ ਬੱਚਿਆਂ ਤੋਂ NRI ਕੋਟੇ 'ਚ ਆਮ ਸਿੱਖਾਂ ਦੇ ਬੱਚਿਆਂ ਤੋਂ 50-50 ਲੱਖ ਰੁਪਇਆ ਫੀਸ ਲੈਂਦੇ ਰਹੇ ਤੇ ਉੱਥੇ ਲੀਡਰਾਂ ਦੇ ਪੁੱਤ ਅਕਾਲੀਆਂ ਦੇ ਪੜ੍ਹਦੇ ਰਹੇ ਤੇ ਕਿਸੇ ਨੇ ਫੀਸ ਨਹੀਂ ਦਿੱਤੀ। 2004 ਦੀਆਂ ਚੋਣਾਂ 'ਚ ਕਿਹਾ ਸੀ ਉਹਨੂੰ ਨੋਟਿਸ ਜਾਰੀ ਕੀਤੇ ਸੀ ਭਾਈ ਫੀਸਾਂ ਜਮ੍ਹਾਂ ਕਰਾਓ ਤੇ 16 ਸਾਲ ਹੋ ਗਏ ਕਿਸੇ ਨੇ ਫੀਸ ਨਹੀਂ ਜਮ੍ਹਾਂ ਕਰਾਈ। ਜਿਵੇਂ ਤੁਸੀਂ ਪਿਛਲੇ ਉਹਨਾਂ ਅਕਾਲੀ ਲੀਡਰਾਂ ਦੇ ਜਿਨ੍ਹਾਂ ਦੇ ਜਵਾਕ ਫ੍ਰੀ ਪੜ੍ਹਿਆ ਗੁਰੂ ਰਾਮਦਾਸ ਪਾਤਸ਼ਾਹ ਦੇ ਉਸ ਮੈਡੀਕਲ ਕਾਲਜ 'ਚ ਉਹ ਉਹਨਾਂ ਤੋਂ ਤੁਸੀਂ ਅੱਜ ਤੱਕ ਫੀਸਾਂ ਨਹੀਂ ਲੈ ਸਕੇ ਵਾਪਸ ਤੇ ਤੁਸੀਂ ਕੋਹਲੀ ਤੋਂ ਕਿਵੇਂ ਲੈ ਲਓਗੇ ਫੀਸ ਵਾਪਸ? ਇਹ ਦੱਸੋ ਸਾਨੂੰ ਕਿੰਨਾ ਟਾਈਮ ਬਾਉਂਡ ਕੀ ਦਿੱਤਾ ਹੋਇਆ ਤੁਸੀਂ? ਇਸ ਲਈ ਸਾਧ ਸੰਗਤ ਜਿਹੜੀ ਮੈਂ ਬੇਨਤੀ ਕਰ ਜਾ ਰਿਹਾ ਵੀ ਇਹ ਸਾਰਾ ਜਿਹੜਾ ਨਾ ਇਹ ਲੌਂਗੋਵਾਲਾ ਜਿਹੜਾ ਇਹ ਬੜੇ ਬਸ਼ਰਮੀ ਦੀ ਹੱਦ ਧਾਰ ਕੇ ਇਹ ਇੱਥੇ ਜਲੂਸ ਕੱਢਣ ਲੱਗਿਆ ਹੋਇਆ ਕੌਮ ਦਾ ਤੇ ਕਹਿ ਰਿਹਾ ਸਰੂਪਾਂ ਦੀ ਬੇਅਦਬੀ ਨਹੀਂ ਹੋਈ। ਅਕਾਲ ਤਖਤ ਸਾਹਿਬ ਦੀ ਰਿਪੋਰਟ ਨੇ ਸਾਰਾ ਕੁਝ ਜਨਤਕ ਕਰਤਾ, ਅਸਲ ਦੇ ਵਿੱਚ ਲੌਂਗੋਵਾਲ ਕਰਕੇ ਤੱਕ ਇਹ ਗੱਲ ਪਹੁੰਚਣੀ ਸੀਗੀ। ਇਹ ਦੋਸ਼ੀ ਨੇ ਸਾਰਾ ਪੂਰਾ ਅਮਲਾ ਫੈਲਾ ਕਿਉਂਕਿ ਦੇਖੋ ਬੜੇ ਘਪਲੇ ਸ਼੍ਰੋਮਣੀ ਕਮੇਟੀ 'ਚ ਹੁੰਦੇ, ਦੁੱਧ ਦਾ ਘਪਲਾ, ਘਿਓ ਦਾ ਘਪਲਾ, ਦਾਲਾਂ ਦਾ ਘਪਲਾ, ਹੋਰ ਕਿੰਨੇ ਘਪਲੇ ਕਰਦੇ ਇਹ। ਪਰ ਆਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ, ਰਿਪੋਰਟ ਕਹਿ ਰਹੀ ਹੈ 328 ਸਰੂਪ ਬਾਹਰ ਗਏ ਆ, ਲੌਂਗੋਵਾਲ ਕਹਿ ਰਹੇ ਬੇਅਦਬੀ ਕੋਈ ਹੋਈ ਬੇਅਦਬੀ ਨਹੀਂ, ਕੋਈ ਬਾਹਰ ਨਹੀਂ ਸਰੂਪ ਗਏ। ਇਸ ਲਈ ਲੌਂਗੋਵਾਲ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰੋ। ਅਸਲ ਦੇ ਵਿੱਚ ਸ਼ਰਮ ਤੁਹਾਨੂੰ ਆਉਣੀ ਕਿੱਥੋਂ ਆ? ਕਿਉਂਕਿ ਤੁਸੀਂ ਤਾਂ ਕੌਮ ਦੀਆਂ ਜੜਾਂ 'ਚ ਕਹਿ ਲਓ ਤੇਲ ਪਾਇਆ, ਗਦਾਰੀਆਂ ਕੀਤੀਆਂ, ਪਿੱਠ ਛੁਰਾ ਮਾਰਾ ਸਿੱਖ ਕੌਮ ਦੇ। ਪਹਿਲਾਂ ਤੁਹਾਡਾ ਜਿਹੜਾ ਤੁਸੀਂ ਇਹਨੂੰ ਆਪਦਾ ਆਗੂ ਮੰਨਦੇ ਹੋ ਤੁਹਾਡਾ ਹਰਚੰਦ ਲੌਂਗੋਵਾਲ, ਉਹ ਬਾਬਾ ਜਰਨੈਲ ਸਿੰਘ ਨੂੰ ਕਤਲ ਕਰਾਉਣ ਲਈ 50-50 ਲੱਖ ਦੀ ਫਰੌਤੀ ਦਿੰਦਾ ਰਿਹਾ ਗੁਰਬਚਨ ਸਿੰਘ ਰਾਹੀਂ ਸਿੰਦੇ ਬਦਮਾਸ਼ ਨੂੰ। ਤੁਸੀਂ ਪੜ੍ਹ ਲਿਓ ਡਾਕਟਰ ਸੰਗਤ ਪੜ੍ਹਿਓ, ਡਾਕਟਰ ਸੁਖਪ੍ਰੀਤ ਸਿੰਘ ਉਦੋਕ ਦੀ ਕਿਤਾਬ ਆ ਤੀਸਰਾ ਘੱਲੂਗਾ ਦਾ, ਉਹਦੇ ਪੰਨਾ ਨੰਬਰ 125-126 ਤੇ ਲਿਖਿਆ ਹੋਇਆ ਆ ਜਿਹੜਾ ਲੌਂਗੋਵਾਲ ਹੁਣ ਗੋਬਿੰਦ ਪ੍ਰਧਾਨ ਬਣਿਆ ਬੈਠਾ ਨਾ, ਇਹਦਾ ਜਿਹੜਾ ਹਰਚੰਦ ਲੌਂਗੋਵਾਲ ਸੀ ਇਹਨੇ ਕੌਮ ਦੀ ਪਿੱਠ 'ਚ ਕਿਵੇਂ ਛੁਰਾ ਮਾਰਿਆ? ਬਾਬਾ ਜਰਨੈਲ ਸਿੰਘ ਨੂੰ ਕਤਲ ਕਰਾਉਣ ਖਾਤਰ 50 ਲੱਖ ਦੀ ਰਿਸ਼ਵਤ ਦਿੱਤੀ ਸਿੰਦੇ ਬਦਮਾਸ਼ ਨੂੰ, ਫਿਰ ਸਿੰਦੇ ਬਦਮਾਸ਼ ਦੀਆਂ ਲੱਤਾਂ ਨੇ ਭਾਰ ਨਹੀਂ ਝੱਲਿਆ ਤੇ ਇਹ ਵੀ ਬਾਬਾ ਜਰਨੈਲ ਸਿੰਘ ਨੇ ਗੋਲੀ ਤਾਂ ਮਾਰ ਦੂੰ ਤੇ ਸੁੱਕਾ ਤਾਂ ਮੈਂ ਆ ਨਹੀਂ ਸਕਦਾ, ਫਿਰ ਇਹਨਾਂ ਨੇ ਸੋਢੀ ਕਤਲ ਕਰਾਇਆ ਸੀ ਲੌਂਗੋਵਾਲ ਗਦਾਰ ਨੇ ਤੇ ਉਸੇ ਲੌਂਗੋਵਾਲ ਗਦਾਰ ਨਾਲ ਢੋਲਕੀ ਵਜਾਉਂਦਾ ਰਿਹਾ ਇਹ ਗੋਬਿੰਦ ਲੌਂਗੋਵਾਲ। ਅਸਲ 'ਚ ਢੋਲਕੀ ਵਜਾਉਣਿਆਂ ਨੇ ਸਾਰਿਆਂ ਨੂੰ ਕਹਿੰਦਾ ਇੱਕ ਚਲੋ ਭਰੋਸਾ ਜਾਂ ਸਾਜ ਆ, ਮੈਂ ਕਹਿੰਦਾ ਵੀ ਇਹ ਢੋਲਕੀ ਵਜਾਉਣਿਆਂ ਨੇ ਬੜੀਆਂ ਵੱਡੀਆਂ ਲਹਿਰਾਂ ਫੇਲ ਕੀਤੀਆਂ ਹੋਈਆਂ ਤੇ ਇਹ ਵੀ ਅੱਜ ਕੌਮ ਦੀਆਂ ਜੜਾਂ 'ਚ ਤੇਲ ਦੇਣ ਲੱਗਿਆ। ਲੌਂਗੋਵਾਲ ਸ਼ਰਮ ਨੂੰ ਸਾਰੀ ਸੰਗਤ ਲੌਂਗੋਵਾਲ ਨੂੰ ਸਵਾਲ ਕਰੋ। ਤੋ ਵੈਸੇ ਤਾਂ ਮੈਂ ਕਹਿੰਦਾ ਵੀ 2022 'ਚ ਜਿਹੜੀਆਂ ਚੋਣਾਂ ਹੋਣੀਆਂ ਨੇ ਵਿਧਾਨ ਸਭਾ ਦੀਆਂ ਤੇ ਸੁਖਬੀਰ ਬਾਦਲ ਜੀ ਜੇ ਤੁਸੀਂ 2 ਸਾਲ ਇਹਨੂੰ ਲੌਂਗੋਵਾਲ ਨੂੰ ਹੋਰ ਪ੍ਰਧਾਨ ਰੱਖ ਲਓ ਤੇ ਮੈਨੂੰ ਲੱਗਦਾ 2022 ਦੀਆਂ ਚੋਣਾਂ ਹੋਣਗੀਆਂ ਨਹੀਂ, ਸਰਬਸੰਮਤੀ ਨਾਲ ਅਕਾਲੀ ਦਲ ਦੀ ਸਰਕਾਰ ਬਣਾ ਦੇਣੀ ਆ। ਕਿਉਂਕਿ ਇਹੋ ਜਿਹਾ ਘਟੀਆ ਬੰਦਾ, ਇਹੋ ਜਿਹਾ ਮੈਂ ਤਾਂ ਹੈਰਾਨ ਆ ਇਹਦੇ ਇਹਦੀਆਂ ਕਾਰਵਾਈਆਂ ਦੇਖ ਕੇ 3 ਸਾਲਾਂ 'ਚ ਇਹਨੇ ਕੀ ਜਲੂਸ ਕੱਢਿਆ ਇਹਨੇ ਤੇ ਇਹ ਪੂਰੀ ਸਾਧ ਸੰਗਤ
ਇਹ ਆਪਾਂ ਪੂਰਾ ਧਿਆਨ ਦੇਈਏ ਇਸ ਬੰਦੇ ਨੂੰ ਸਵਾਲ ਖੜੇ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰੂਪਾਂ ਦਾ ਮਾਮਲਾ, ਇੱਕ ਪਾਸੇ ਬਰਾੜੀ ਵਾਲੇ ਇਨਸਾਫ ਲੈਣ ਲਈ, ਕਿਤੇ ਕਲਿਆਣ ਪਿੰਡ ਸਰੂਪਾਂ ਦੀ ਗੁੰਮਸ਼ੁਦਗੀ ਦੀ ਅਸੀਂ ਮੈਲੋ ਕਹਿੰਦੇ ਇਨਸਾਫ ਲੈਣ ਲਈ ਧਰਨੇ ਲਾ ਰਹੇ ਹਾਂ, ਆਵਾਜ਼ ਬੁਲੰਦ ਕਰ ਰਹੇ ਹਾਂ, ਤੇ ਕਿੱਥੇ ਕਾਬੇ ਚੋਂ ਕੁਫਰ ਉੱਠਣ ਲੱਗ ਗਿਆ, ਕਾਬੇ ਚੋਂ ਕੁਫਰ ਉੱਠ ਰਿਹਾ, ਤੇ ਸ਼੍ਰੋਮਣੀ ਕਮੇਟੀ ਦੇ 328 ਸਰੂਪ, ਇਹਦੇ ਹਲੇ ਹਜ਼ਾਰਾਂ ਦੀ ਗਿਣਤੀ ਜਾਣੀ, ਹਾਲਾਂ ਇਹ ਤਾਂ ਉਹ ਮਾੜੀ ਜਿਹੀ ਗੱਲ ਆ ਜਿਹੜੀ ਮਤਲਬ ਕਹਿੰਦੇ ਧੱਕੇ ਨਾਲ ਚੱਪਣਾ ਨਾ ਚੱਕਿਆ ਗਿਆ ਤੇ ਮਾੜੀ ਜਿਹੀ ਭਾਅ ਬਾਹਰ ਨਿਕਲੀ ਆ, ਪਤਾ ਨੀ ਕਿੰਨੀਆਂ ਕੁ ਬੇਅਦਬੀਆਂ ਕਿੰਨਾ ਗੰਦ ਇਹਨਾਂ ਦੁਸ਼ਟਾਂ ਨੇ ਪਾਇਆ। ਸੋ ਇਹ ਬੇਨਤੀ ਮੈਂ, ਇਹ ਜਾਣਕਾਰੀ ਜਿਹੜੀ ਰਿਪੋਰਟ ਜਨਤਕ ਹੋਈ ਆ ਉਹ ਚੋਂ ਕੁਝ ਕੁ ਪੁਆਇੰਟ ਤੁਹਾਡੇ ਸਾਹਮਣੇ ਰੱਖੇ ਨੇ। ਤੋ ਲੌਂਗੋਵਾਲ ਵਰਗੇ ਤੇ ਜਿਹੜੇ ਹੋਰ ਸੁਹਿਰਦ ਨੇ, ਅਕਾਲੀ ਦਲ ਦੇ ਮੈਂਬਰ ਨੇ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਨੇ, ਜਿਹੜੇ ਇਮਾਨਦਾਰੀ ਨਾਲ ਆਵਾਜ਼ ਬੁਲੰਦ ਕਰੋ ਜਿਹੜੇ ਅਕਾਲੀ ਦੇ, ਕਿਉਂਕਿ ਹੁਣ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਇਹ ਕੋਈ ਆਮ ਨਹੀਂ ਮਸਲਾ ਹੈਗਾ, ਤੇ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਲੌਂਗੋਵਾਲ ਵਰਗੇ ਇਹੋ ਜਿਹੇ ਮਤਲਬ ਜਬਲੀਆਂ ਮਾਰ ਰਹੇ ਆ। ਸੋ ਇਹਨਾਂ ਲੋਕਾਂ ਤੋਂ ਆਪਾਂ ਇਹਨਾਂ ਨੂੰ ਸਵਾਲ ਕਰੀਏ, ਟਹਿਰ ਚ ਖੜੇ ਕਰੀਏ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।